हजूर साहिब नादेड़ विच फसे सिख श्रद्धालुआं दी वापसी शुरू। पिछले साल दे मुकाबले इस बार हुण तक होई कणक दी दुगनी खरीद। कोविड-19 दे चलदिआं होए लॉकडाउन कारण हजूर साहिब नादेड़ विच फसे सिख श्रद्धालुआं दी वापसी दा अमल शुरू हो गया है। इन्हां विचों 10 बसां रवाना हो चुकियां हन, जदों कि बाकी दीआं बसां दा प्रबंध कीता जा रहा है। इस दौरान पंजाब सरकार दे ट्रांसपोर्ट विभाग वालों शनिवार सवेरे पटियाला दे बस स्टैंड तो PRTC दीआं 7 वोल्वो समेत कुल 32 बसां दे काफला हजूर साहिब लई रवाना कर दिता गया है। मुख्य मंत्री कैप्टन अमरिंदर सिंह ने दस्या, कुछ बसां तां उत्थों कल 10 बसां चल पईआं सीआं, 3 गईआं ने होर सूबिआं चों, 7 ने साडे वास्ते, और बाकी प्रबंध असीं कर रहे हैं। ਜਿਹੜੀਆਂ ਸਾਨੂੰ ਬੱਸਾਂ ਉੱਥੋਂ ਮਿਲ ਜਾਣਗੀਆਂ ਉੱਥੋਂ ਸਹੀ, ਬਾਕੀ ਅਸੀਂ ਪੰਜਾਬ ਤੋਂ ਉਹਨੂੰ ਭੇਜ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵਾਰ ਅਸੀਂ ਆਪਣੇ ਘਰਾਂ 'ਚ ਲਿਆ ਸਕੀਏ। ਗੁਰਦੁਆਰਾ ਸੱਚਖੰਡ ਸ਼੍ਰੀ ਨਾਦੇੜ ਸਾਹਿਬ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਹੁਣੇ 3000 ਦੇ ਲਗਭਗ ਹੋਰ ਸ਼ਰਧਾਲੂ ਹਜੂਰ ਸਾਹਿਬ ਵਿਖੇ ਫਸੇ ਹੋਏ ਹਨ, ਜਿਨ੍ਹਾਂ ਨੂੰ 1 ਹਫ਼ਤੇ ਵਿੱਚ ਪੰਜਾਬ ਪਹੁੰਚਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਵਧੀਆ ਜਾ ਰਹੀ ਹੈ। ਉਹਨਾਂ ਦੱਸਿਆ ਕਿ 10ਵੇਂ ਦਿਨ ਅਸੀਂ ਕੁੱਲ 35.7 ਲੱਖ ਮੀਟ੍ਰਿਕ ਟਨ ਕਣਕ ਇਕੱਠੀ ਕੀਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣੀ ਹੈ। ਉਹਨਾਂ ਕਿਹਾ, ਮੰਡੀਆਂ ਤੋਂ ਜਿਹੜੀ ਰਿਪੋਰਟ ਆ ਰਹੀ ਹੈ ਇਹ ਮੌਜੂਦਾ ਵਾਢੀ ਦੁਆਰੇ ਬਹੁਤ ਅੱਛੀ ਆ ਰਹੀ ਹੈ। ਮੇਰੇ ਕੋਲ ਅੰਕੜੇ ਆਏ ਹੋਏ ਨੇ ਸਾਰੇ, ਅੱਜ ਜਿੰਨਾ ਝਾੜ ਮੇਰਾ ਖਿਆਲ ਪਿਛਲੇ ਸਾਲ ਹੈ ਉਸ ਤੋਂ ਵੀ ਜ਼ਿਆਦਾ ਹੈ, ਔਰ ਨਾਲੇ ਜਿਹੜਾ ਪਿਛਲੇ ਸਾਲ ਦੀ ਖਰੀਦ ਹੋਈ ਸੀ ਅੱਜ ਦੇ ਦਿਹਾੜੇ ਉਸ ਤੋਂ ਦੁੱਗਣੀ ਹੁਣ ਸਾਡੇ ਮੰਡੀਆਂ 'ਚ ਕੱਲ੍ਹ ਪਹੁੰਚੀ ਹੈ। ਸੋ ਇਹ ਤਾਂ ਬਹੁਤ ਵਧੀਆ ਕੰਮ ਚੱਲ ਰਿਹਾ। ਨਾਲੇ ਜੋ ਰਿਪੋਰਟਸ ਇਹ ਆ ਰਹੀਆਂ ਨੇ ਕਿ ਸੋਸ਼ਲ ਮੀਡੀਆ ਜਿਹੜਾ ਕੰਟੈਕਟ ਹੈ ਉਹ ਨਹੀਂ ਹੋਣਾ ਚਾਹੀਦਾ, ਔਰ ਜੋ ਨਵੇਂ ਅਸੀਂ ਦੱਸੇ ਹੋਏ ਨੇ ਮੰਡੀਆਂ ਦੇ ਵਿੱਚ ਇਸ ਕੋਵਿਡ ਵਾਸਤੇ, ਉਹ ਵੀ ਪੂਰਾ ਸਭ ਕੁਛ ਹੋ ਰਿਹਾ। ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦ ਆਇਆ ਹੈ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਘੰਟੀ ਦਾ ਸਵਿੱਚ ਆਨ ਕਰੋ ਤਾਂ ਜੋ ਸਾਡੀਆਂ ਖਬਰਾਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ। ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ। ਸਕਾਈ ਹੱਕ ਟਾਈਮਜ਼ ਦੀ ਰਿਪੋਰਟ।